ਵਿਆਹ ਵਿੱਚੋਂ ਚੱਕ ਲਿਆ ਬਲਦਾ ਤੰਦੂਰ, ਰਿਸ਼ਤੇਦਾਰ ਭਾਲਦੇ ਫਿਰਨ ਤੰਦੂਰੀ ਰੋਟੀਆਂ। ਦੋਸਤੋ, ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਕਿ ਵਿਆਹਾਂ ਨੂੰ ਯਾਦਗਾਰ ਬਣਾ ਦਿੰਦੀਆਂ ਨੇ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਵਿਅਕਤੀ ਬਲਦੇ ਤੰਦੂਰ ਨੂੰ ਰੇੜੀ ਤੇ ਲਿਜਾ ਰਹੇ ਨੇ। ਦਰਅਸਲ ਮੁੰਡੇ ਦੇ ਵਿਆਹ ਵਿੱਚ ਇਹ ਵਿਅਕਤੀ ਰਾਤ ਨੂੰ ਰਿਸ਼ਤੇਦਾਰਾਂ ਲਈ ਤੰਦੂਰੀ ਰੋਟੀ ਲਾਉਣ ਨੂੰ ਤੰਦੂਰ ਲੈ ਕੇ ਆਏ ਸੀ ਅਤੇ ਇਹਨਾਂ ਨੂੰ ਰੋਟੀ ਲਾਉਣ ਵਾਸਤੇ ਕਹਿ ਦਿੱਤਾ ਜਾਂਦਾ ਹੈ, ਪਰ ਕੋਈ ਵੀ ਰੋਟੀ ਨਹੀਂ ਖਾਂਦਾ ਅਤੇ ਇਹ ਰੋਟੀ ਲਾਉਣਾ ਬੰਦ ਕਰ ਦਿੰਦੇ ਨੇ। ਅਤੇ ਜਦੋਂ ਵਿਆਹ ਵਾਲੇ ਮੁੰਡੇ ਦਾ ਜੀਜਾ ਰੋਟੀ ਖਾਣ ਲੱਗਦਾ ਹੈ ਤਾਂ ਉਸ ਨੂੰ ਪਹਿਲਾਂ ਤੋਂ ਹੀ ਲਾਈਆਂ ਹੋਈਆਂ ਠੰਡੀਆਂ ਰੋਟੀਆਂ ਦੇ ਦਿੱਤੀਆਂ ਜਾਂਦੀਆਂ ਨੇ। ਰੋਟੀਆਂ ਠੰਡੀਆਂ ਹੋਣ ਕਰਕੇ ਉਹ ਤੰਦੂਰ ਵਾਲਿਆਂ ਕੋਲ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਰੋਟੀਆਂ ਰਾੜਦੇ ਕਿਉਂ ਨਹੀਂ, ਇਹ ਤਾਂ ਚੀੜੀਆਂ ਪਈਆਂ ਨੇ। ਤਾਂ ਰੋਟੀ ਲਾਉਣ ਵਾਲੇ ਕਹਿੰਦੇ ਨੇ ਕਿ ਸਾਡਾ ਕੋਈ ਕਸੂਰ ਨਹੀਂ, ਰੋਟੀ ਤਾਂ ਕੋਈ ਖਾ ਹੀ ਨਹੀਂ ਰਿਹਾ। ਇਹ ਸੁਣਦੇ ਸਾਰ ਹੀ ਮੁੰਡੇ ਦਾ ਜੀਜਾ ਰੋਟੀ ਲਾਉਣ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ। ਬਸ ਫੇਰ ਕੀ ਸੀ, ਰੋਟੀ ਲਾਉਣ ਵਾਲੇ ਵੀ ਆਪਦਾ ਬਲਦਾ ਤੰਦੂਰ ਹੀ ਚੱਕ ਕੇ ਰੇੜੀ ਤੇ ਰੱਖ ਕੇ ਉੱਥੋਂ ਚਲੇ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਸਾਰੇ ਰਿਸ਼ਤੇਦਾਰ ਭਾਲਦੇ ਰਹਿੰਦੇ ਨੇ ਤੰਦੂਰੀ ਰੋਟੀਆਂ। ਸੋ ਕੀ ਰੋਟੀ ਲਾਉਣ ਵਾਲਿਆਂ ਨੇ ਤੰਦੂਰ ਚੱਕ ਕੇ ਸਹੀ ਕੀਤਾ ਜਾਂ ਨਹੀਂ, ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।